ਜਸਵੀਰ ਕੌਰ ਆ ਜੀ, ਮੈਂ ਚਾਚੀ ਹਾਂ ਜੀ ਇਹਦੀ। ਅਸੀਂ ਜੀ ਹੁਣ ਇਹਨੇ ਸਾਡੀ ਬੱਚੀ ਨਾਲ ਇਹ ਹਰਕਤ ਹੋਈ ਆ ਜੀ, ਇਹਨੂੰ ਇਨਸਾਫ ਮਿਲਣਾ ਚਾਹੀਦਾ ਜੀ। ਉਹ ਹੋਊਗਾ ਜੀ 18 ਸਾਲਾਂ ਦਾ ਜੀ, ਅਤੇ ਸਾਡੀ ਬੇਟੀ 10 ਸਾਲਾਂ ਦੀ ਆ ਜੀ। ਘਰ ਕੋਈ ਵੀ ਹੈ ਨਹੀਂ ਸੀ ਜੀ, ਅਤੇ ਇਕੱਲੀ ਸੀ ਬੇਟੀ, ਘਰੋਂ ਸਕੂਲੋਂ ਆਈ ਜਦੋਂ ਤੂੰ ਉਸ ਤੋਂ ਬਾਅਦ ਨਾ ਘਟਨਾ ਵਾਪਰੀ ਆ ਜੀ। ਬੇਟੀ ਦਾ ਸਾਡੀ ਦਾ ਮੂੰਹ ਘੁੱਟਿਆ ਗਿਆ ਅਤੇ ਉਸਨੇ ਅੰਦਰ ਵਾੜ ਕੇ ਅਤੇ ਇਹਦੇ ਨਾਲ ਘਟਨਾ ਵਾਪਰੀ। ਸਾਡਾ ਬੱਚਾ ਇੱਕ ਮਗਰ ਆਇਆ, ਜਦੋਂ ਉਹਨੇ ਵੇਖਿਆ ਵਿਚਾਰ ਬੱਚਾ ਤਾਂ ਕੀ ਕਰ ਸਕਦਾ, ਉਹ ਤੀਜੀ ਜਮਾਤ 'ਚ ਪੜ੍ਹਦਾ ਜੀ, ਅਤੇ ਉਹ ਜਦੋਂ ਬਾਹਰ ਰੌਲਾ ਪਾਇਆ ਉਹਨੇ ਸਾਡੀ ਗਵਾਂਢਣ ਆਈ। ਉਸ ਤੋਂ ਬਾਅਦ ਉਹ ਗਵਾਂਢਣ ਨੇ ਜਦੋਂ ਵੇਖਿਆ ਉਹਨੂੰ, ਉਹ ਬਾਹਰ ਬੰਦਾ ਤੁਰਿਆ ਜਾਂਦਾ ਸੀ। ਸਰਕਾਰ ਕੋਲ ਅਸੀਂ ਇਹ ਮੰਗ ਰਹੇ ਹਾਂ, ਸਾਡੀ ਬੇਟੀ ਨੂੰ ਇਨਸਾਫ ਮਿਲਣਾ ਚਾਹੀਦਾ, ਸਾਡੀ ਬੇਟੀ ਦੀ ਜ਼ਿੰਦਗੀ ਬਰਬਾਦ ਹੋ ਗਈ ਇੱਕ ਸਾਹਮਣੇ। ਸੰਦੀਪ ਆ ਜੀ, ਗਵਾਂਢੀ ਸੀ ਜੀ ਸਾਡਾ। ਹਾਂਜੀ, ਅਸੀਂ ਘਰ ਹੈ ਨਹੀਂ ਸੀਗੇ, 3:30 ਵਜੇ ਜੀ ਘਰ ਆਈ ਹੈ ਗੁੜੀਆ, ਅਤੇ ਉਦੋਂ ਇਹਨਾਂ ਦੇ ਮਗਰ ਹੀ ਤੁਰੇ ਆਏ ਉਹ, ਅਤੇ ਉਸ ਤੋਂ ਬਾਅਦ ਸਾਡਾ ਛੋਟਾ ਬੱਚਾ ਇਹਦੇ ਮਗਰ ਆਇਆ ਜੀ। ਉਹਨੇ ਵੇਖਿਆ ਉਹ ਗਵਾਂਢਣ ਨੂੰ ਸੱਦ ਕੇ ਲਿਆਇਆ ਜੀ, ਅਤੇ ਉਸ ਉਹ ਗਵਾਂਢਣ ਆਈ ਅਤੇ ਉਹ ਉਦੋਂ ਨੂੰ ਭੱਜ ਗਿਆ ਜੀ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਜੀ, ਗਵਾਂਢੀਆਂ ਨੇ ਬਾਅਦ 'ਚ ਦੱਸਿਆ ਜੀ। ਇਹ ਰਾਮਨਗਰ ਪਿੰਡ ਦੀ ਇੱਕ ਲੜਕੀ ਸੀਗੀ, 10 ਸਾਲ ਦੀ ਬੱਚੀ ਸੀਗੀ, ਮਾਈਨਰ। ਉਹਦਾ ਗੁਆਂਢੀ ਇੱਕ ਲੜਕਾ ਸੀਗਾ, ਉਹ ਸਕੂਲ ਤੋਂ 3:30 ਵਜੇ ਆਈ ਸੀਗੀ, ਉਹਦੇ ਘਰ ਹੀ ਪਿੱਛੇ ਆ ਗਿਆ ਸੀਗਾ। ਉਹਦੇ ਘਰ ਆ ਕੇ ਉਹਨੇ ਉਹਨੂੰ ਇਕੱਲੀ ਦੇਖ ਕੇ ਉਹਦੇ ਨਾਲ ਉਹਨੇ ਬਦਫੈਲੀ ਕੀਤੀ, ਜਿਸ ਦੇ ਖਿਲਾਫ਼ ਅਸੀਂ ਮੁਕੱਦਮਾ ਨੰਬਰ 10 ਅਧੀਨ ਧਾਰਾ 376-452-4 ਦਰਜ ਕੀਤਾ ਹੈ, ਅਤੇ ਦੋਸ਼ੀ ਅਜੇ ਫਰਾਰ ਹੈ, ਉਸਦੀ ਤਲਾਸ਼ ਜਾਰੀ ਹੈ, ਅਗਲੀ ਕਾਰਵਾਈ ਜਾਰੀ ਹੈ। ਲੜਕੀ ਦੀ ਉਮਰ ਲਗਭਗ ਕਰੀਬ 10 ਕੁ ਸਾਲ ਦੀ ਹੈਗੀ ਹੈ ਜੀ। ਲੜਕੇ ਦੀ ਉਮਰ ਸਾਨੂੰ ਮੁਤਾਬਕ ਜੋ ਉਹਨਾਂ ਨੇ ਬਿਆਨ ਉਹਨੇ ਲਿਖਾਇਆ ਹੈਗਾ, ਉਹਦੇ ਵਿੱਚ ਕੋਈ ਉਹਨਾਂ ਨੇ ਕੋਈ ਕਰੀਬ 17-18 ਸਾਲ ਲਿਖਾਈ ਹੈਗੀ ਹੈ। 10 ਸਾਲ ਦੀ ਲੜਕੀ ਇੱਕ ਆਈ ਸੀਗੀ 1 ਫਰਵਰੀ ਨੂੰ, ਅਤੇ ਤਕਰੀਬਨ 10:30 ਵਜੇ, ਅਤੇ ਉਹਦੇ ਅਸੀਂ ਐਗਜ਼ਾਮੀਨੇਸ਼ਨ ਕਰਵਾਤਾ ਹੈਗਾ ਕੈਨਾ ਕਾਲਜ ਤੋਂ, ਅਲਟਰਾਸਾਊਂਡ ਵਗੈਰਾ ਕਰਵਾਤੀ ਹੈਗੀ ਹੈ, ਬਾਕੀ ਉਹਦੇ ਸੈਂਪਲਸ ਵਗੈਰਾ ਸੀਲ ਕਰਕੇ ਭੇਜ ਦਿੱਤੇ ਹੈ, ਅਤੇ ਹੁਣ ਉਹਦੀ ਕੰਡੀਸ਼ਨ ਅੱਗੇ ਨਾਲੋਂ ਕਾਫੀ ਸਟੇਬਲ ਹੈ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਦੇਸ਼ ਵਿਦੇਸ਼ TV ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕੀਤਾ ਜਾਵੇ। ਦੀਦੀ, ਤੁਸੀਂ ਤਾਂ ਕਿਹਾ ਸੀ ਅੱਜ ਮੇਰੀ ਕੋਈ ਸ਼ੂਟਿੰਗ ਨਹੀਂ, ਪਰ ਸਵੇਰੇ ਸਵੇਰੇ ਫੇਰ ਤਿਆਰੀ ਕਸੀ ਬੈਠੇ ਹੋ। ਮੈਂ ਤਾਂ ਤੈਨੂੰ ਦੱਸਣਾ ਹੀ ਭੁੱਲ ਗਈ, ਅੱਜ ਤਾਂ ਪੰਜਾਬੀ ਸਕਰੀਨ ਵਾਲਿਆਂ ਨੇ ਘਰੇ ਆਉਣਾ ਹੈ ਮੇਰੀ ਇੰਟਰਵਿਊ ਲਈ। ਵਾਹ, ਕੀ ਬਾਤ ਹੈ, ਤੇ ਉਹ ਟਾਈਟਲ ਪੇਜ ਤੇ ਮੇਰੀ ਫੋਟੋ ਵੀ ਲਾ ਰਿਹਾ ਹੈ। ਬਾਲੀਵੁੱਡ ਦਾ ਨੰਬਰ 1 ਫਿਲਮ ਮੇਰੇ ਸਾਲਾ ਪੰਜਾਬੀ ਸਕਰੀਨ।